ਚਾਹ ਵਾਲੀ ਕੁੜੀ ਕੋਮਲ ਕੰਗ, ਜਿਸ ਨੂੰ ਕਿ ਤੁਸੀਂ ਜਾਣ ਹੀ ਚੁੱਕੇ ਹੋ। ਹਾਲ ਹੀ ਵਿੱਚ ਉਹਨਾਂ ਦੇ ਫਾਦਰ ਸਾਹਿਬ ਦੀ ਇੰਟਰਵਿਊ ਹੁੰਦੀ ਹੈ, ਜਿਸ ਵਿੱਚ ਉਹ ਕਹਿੰਦੇ ਨੇ ਕਿ ਮੇਰੀ ਕੁੜੀ ਨੂੰ ਸਾਰਾ ਕੁਝ ਸਿਖਾਇਆ ਗਿਆ ਉਸਦੀ ਮਾਂ ਵੱਲੋਂ, ਜੋ ਵੀ ਸਿਖਾਇਆ ਗਿਆ ਹੈ ਬੱਚੇ ਉਹੀ ਬੋਲਦੇ ਆ। ਇਹ ਕੁੜੀ ਮੇਰੀ ਬਹੁਤ ਹੁਸ਼ਿਆਰ ਹੁੰਦੀ ਸੀ, ਪੜ੍ਹਾਈ 'ਚ ਫਸਟ ਨੰਬਰ ਆਉਂਦੀ ਸੀ, ਅਤੇ ਮੈਂ ਤਾਂ ਅੱਜ ਵੀ ਦੁਆ ਕਰਦਾ ਉਹ ਜਿੱਥੇ ਵੀ ਰਹਿੰਦੇ ਆ ਸੁਖੀ ਰਹਿਣ, ਅਤੇ ਜੇਕਰ ਉਹ ਘਰ ਆਉਣਾ ਚਾਹੁੰਦੇ ਆ ਤਾਂ ਮੇਰੇ ਘਰ ਦੇ ਦਰਵਾਜ਼ੇ ਅੱਜ ਵੀ ਖੁੱਲ੍ਹੇ ਆ, ਉਹ ਆ ਸਕਦੇ ਆ। ਅਤੇ ਮੇਰੀ ਪਤਨੀ ਵੀ ਚਾਹੇ ਤਾਂ ਆ ਸਕਦੀ ਹੈ, ਪਰ ਉਹ ਕੁੜੀ ਨੂੰ ਸਿਖਾਉਂਦੀ ਹੈ ਅਤੇ ਮੇਰੇ ਖਿਲਾਫ਼ ਭੜਕਾਉਂਦੀ ਹੈ। ਆਓ ਦੇਖੋ ਫਾਦਰ ਸਾਹਿਬ ਦੀ ਉਹ ਪੂਰੀ ਵੀਡੀਓ। ਜਿਹੜੀ ਭਸੂਠੀ ਪਾ ਰਹੀ ਆ ਉਹਦੀ ਮਾਂ ਪਾ ਰਹੀ ਆ ਸਰਨਜੀਤ ਕੌਰ, ਇਹ ਅੱਗੇ ਬੱਚੀ ਜਿਹੜੀ ਆ ਫਸਟ ਆਉਂਦੀ ਰਹੀ ਆ ਪੜ੍ਹਾਈ ਦੇ ਵਿੱਚ ਵੀ, ਪਹਿਲੇ ਨੰਬਰ 'ਤੇ ਖਡੂਰ ਸਾਹਿਬ ਵੀ ਔਰ ਉੱਥੇ ਵੀ ਜਾ ਕੇ ਪੜ੍ਹ ਕੇ, ਅਤੇ ਇਹਨੂੰ ਹੁਣ ਜਦੋਂ ਸਿਖਾਇਆ ਜਾਂਦਾ ਵਾ ਇਹ ਫਿਰ ਉਸ ਹਿਸਾਬ ਨਾਲ ਅੱਗੇ ਬੋਲ ਰਹੀ ਆ। ਮੈਂ ਤਾਂ ਅੱਗੇ ਮੀਡੀਆ ਦੇ ਅੱਗੇ ਵੀ ਇਹੋ ਗੱਲ ਕਹਿ ਰਿਹਾ ਕਿ ਉਹਨਾਂ ਦਾ ਭਲਾ ਹੋਵੇ, ਵੱਡੀ ਉਮਰ ਉਹਨਾਂ ਦੀ ਹੋਵੇ, ਜਿੱਥੇ ਰਹਿਣ ਰਹੇ ਆ ਸੁਖੀ ਰਹਿਣ, ਅਤੇ ਬਾਕੀ ਜੇ ਉਹਨਾਂ ਦੀ ਇੱਛਾ ਹੈਗੀ ਆ ਤਾਂ ਘਰ ਦੇ ਬੂਹੇ ਖੁੱਲ੍ਹੇ ਆਉਣ, ਅਤੇ ਆਪਣਾ ਘਰ ਸੰਭਾਲਣ, ਸਾਨੂੰ ਵੀ ਰੋਟੀ ਪਕਾ ਕੇ ਦੇਣ ਅਤੇ ਮਾਤਾ ਨੂੰ ਵੀ ਦੇਣ, ਕਿਉਂ ਮੈਂ ਹੱਥ ਲੂ ਨਾ, ਮੈਂ ਹੁਣ ਵੀ ਰੋਟੀ ਪਕਾਉਣ ਲੱਗਾ ਪਕਾਉਣੀ ਆ, ਬਸ ਤੁਸੀਂ ਜਾਣ ਦੀ ਜਿਹੜਾ ਤਾਂ ਮੈਂ ਆਟਾ ਲੱਗਾ, ਉਹਨੇ ਰੋਟੀ ਪਕਾਉਣੀ, ਚਾਹ ਬਣਾਉਣ ਲੱਗਾ ਦੇਣੀ, ਮਾਤਾ ਨੂੰ ਆਪ ਪੀਣੀ। ਜੇ ਤੁਹਾਡੇ ਪਤਨੀ ਆਉਂਦੇ ਉਹਨਾਂ ਨੂੰ ਵੀ ਵੈਲਕਮ, ਚਲੋ ਠੀਕ ਆ, ਵੈਲਕਮ, ਉਹ ਵੀ ਆ ਜਾਣ, ਆ ਜਾਣਗੇ, ਧੰਨਵਾਦ ਉਹਦਾ ਵੀ। ਜੋ ਲੋਕ ਕੋਮਲ ਕੰਗ ਕੁੜੀ ਨੂੰ ਰਿਪਲਾਈ ਕਰ ਰਹੇ ਸੀ, ਕਹਿ ਰਹੇ ਸੀ ਕਿ ਤੁਸੀਂ ਪੈਸੇ ਖਾ ਗਏ, ਅਤੇ ਉਹਨਾਂ ਨੂੰ ਇਹ ਕੁੜੀ ਨੇ ਰਿਪਲਾਈ ਕਰਦੇ ਹੋਏ ਸਿੱਧੂ ਮੂਸੇਵਾਲ ਦਾ ਰੋਟੀ ਗਾਣਾ ਵੀ ਚਲਾਇਆ ਹੈ। ਮੈਂ ਪਿੱਠਾਂ ਉੱਤੇ ਬੋਲਣ ਲਈ ਬੰਦੇ ਰੱਖੇ ਨੇ, ਤੂੰ ਤੇਰਾ ਦਵੇ ਨਾ ਹਾਲਾਤਾਂ ਕੋਲੋਂ ਨੀ, ਬੱਲੀਏ ਜਹਾਨੀ ਉੱਤੇ ਬੜੇ ਲੋਕਾਂ ਦੀ ਬਦਨਾਮੀ ਸਿਰੋਂ ਰੋਟੀ, ਕਿ ਲੋਕੀ ਮੇਰੇ ਸਿਰੋਂ ਮੇਰੀ ਬਦਨਾਮੀ ਕਰਕੇ ਰੋਟੀ ਕਮਾ ਰਿਹਾ, ਮੇਰੀਆਂ ਵੀਡੀਓ ਪਾ ਰਿਹਾ। ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਮੈਂਟਾਂ ਵਿੱਚ ਦੱਸਿਓ ਜ਼ਰੂਰ, ਅਤੇ ਐਮ ਦੀਆਂ ਹੋਰਨਾਂ ਵੀਡੀਓ ਦੇਖ ਲਈ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ। ਧੰਨਵਾਦ।